ਅਤੇ ਤਕਰੀਬਨ ਮੈਨੂੰ ਹਰਨੀਆਂ ਦੀ ਪ੍ਰੋਬਲਮ ਸੀ 2-3 ਸਾਲ ਤੋਂ, ਕਿਉਂਕਿ ਦੂਰਬੀਨ ਰਾਹੀਂ ਮੇਰਾ ਆਪਰੇਸ਼ਨ ਹੋਇਆ ਸੀਗਾ। ਅਤੇ ਆਪਰੇਸ਼ਨ ਤੋਂ ਬਾਅਦ 'ਚ ਮੈਂ ਘਰ 1-2 ਦਿਨ ਰੈਸਟ ਕੀਤੀ, 4 ਦਿਨ ਕੀਤੀ ਹੈ। ਪਰ ਡਾਕਟਰ ਅਮਰ ਸੂਦ ਵਰਗੇ ਬਹੁਤ ਵਧੀਆ ਡਾਕਟਰ ਸਿਆਣੇ ਨੇ, ਅਤੇ ਆਮ ਜਨਤਾ ਨੂੰ ਇਹ ਆ ਵੀ ਬਾਹਰ ਦੂਰ ਜਾਣ ਦੀ, ਦੂਰ ਕਿਤੇ ਜਾਣ ਦੀ ਲੋੜ ਨਹੀਂ ਹੈਗੀ। ਮੈਂ ਪ੍ਰਿਥੀਪਾਲ ਸਿੰਘ ਸ਼ਾਹਕੋਟ ਤੋਂ ਬਿਲੋਂਗ ਕਰਦਾ, ਅਤੇ ਕੋਟੀ ਸ਼ੇਖਾ ਜ਼ਿਲ੍ਹਾ ਮੋਗਾ ਦੇ ਵਿੱਚ ਮੈਂ ਸਰਵਿਸ ਕਰਦਾ। ਅਤੇ ਤਕਰੀਬਨ ਮੈਨੂੰ ਹਰਨੀਆਂ ਦੀ ਪ੍ਰੋਬਲਮ ਸੀ 2-3 ਸਾਲ ਤੋਂ, ਅਤੇ ਮੈਂ 2-3 ਡਾਕਟਰਾਂ ਦੀ ਸਲਾਹ ਵੀ ਲਈ, ਅਤੇ ਵੈਸੇ ਵੀ ਚਲੋ ਮੈਂ ਗਿਆ ਵੀ ਪੁੱਛਿਆ ਵੀ, ਪਰ ਮੈਨੂੰ ਕਿਤੇ ਵਧੀਆ ਨਹੀਂ ਲੱਗਿਆ। ਅਤੇ ਇੱਕ ਦਿਨ ਮੇਰੇ ਦੋਸਤ ਆ, ਇੱਥੇ ਬਹੁਤ ਲਿੰਕ ਆ ਮੇਰੇ ਮੋਗੇ ਦੇ ਵਿੱਚ, ਸੱਜਣ ਮਿੱਤਰ ਮੇਰੇ ਰਹਿੰਦੇ ਨੇ, ਉਹਨਾਂ ਨੇ ਡਾਕਟਰ ਅਮਰ ਸੂਦ ਦਾ ਮੈਨੂੰ ਜ਼ਿਕਰ ਕੀਤਾ ਹੈ। ਅਤੇ ਜਿੱਦਣ ਮੈਂ ਡਾਕਟਰ ਸਾਹਿਬ ਕੋਲ ਮਿਲਿਆ, ਜਦੋਂ ਪਹਿਲੇ ਦਿਨ ਮੈਂ ਆਇਆ ਵਾਂ, ਅਤੇ ਡਾਕਟਰ ਸਾਹਿਬ ਨੇ ਮੈਨੂੰ ਬਹੁਤ ਵਧੀਆ ਕੋਪਰੇਟ ਕੀਤਾ, ਅਤੇ ਉਸ ਦਿਨ ਤੋਂ ਹੀ ਡਾਕਟਰ ਸਾਹਿਬ ਨਾਲ ਮੇਰਾ ਵਿਚਾਰ ਬਣ ਗਿਆ। ਅਤੇ ਮੈਂ ਇਹਨਾਂ ਨੂੰ ਆਣ ਕੇ ਮਿਲਿਆ, ਮੈਂ ਡਾਕਟਰ ਸਾਹਿਬ ਤੁਸੀਂ ਇੱਦਾਂ ਕਰੋ ਜੀ, ਮੇਰਾ ਆਪਰੇਟ ਕਰੋ ਤੁਸੀਂ, ਮੈਂ ਤੁਹਾਡੇ ਕੋਲ ਹੀ ਕਰਾਊਂਗਾ। ਮੈਂ ਤੁਹਾਡੇ, ਚਲੋ ਮੈਂ ਸਰਜਨ ਸੁਣਿਆ ਵਾ ਵੀ ਕਿਤੇ ਡਾਕਟਰ ਸਾਹਿਬ ਬਹੁਤ ਵਧੀਆ ਅਤੇ ਬਹੁਤ ਸਿਆਣੇ ਨੇ, ਅਤੇ ਚਲੋ ਮੇਰਾ ਆਪਰੇਟ ਹੋਇਆ ਜੀ ਇੱਥੇ, ਬਹੁਤ ਵਧੀਆ ਡਾਕਟਰ ਸਾਹਿਬ ਨੇ ਬਹੁਤ ਵਧੀਆ ਮੈਨੂੰ ਇਹਨਾਂ ਹੋਸਪਿਟਲ ਨਾਲ ਡੀਲ ਕੀਤਾ, ਬਹੁਤ ਸੋਹਣਾ ਮੇਰਾ ਆਪਰੇਸ਼ਨ ਹੋਇਆ। 2 ਦਿਨ ਬਾਅਦ ਮੈਨੂੰ ਛੁੱਟੀ ਮਿਲ ਗਈ, ਕਿਉਂਕਿ ਦੂਰਬੀਨ ਰਾਹੀਂ ਮੇਰਾ ਆਪਰੇਸ਼ਨ ਹੋਇਆ ਸੀਗਾ, ਅਤੇ ਕੋਈ ਵੀ ਪ੍ਰੋਬਲਮ ਮੈਨੂੰ ਜਿਹੜੀ ਹੈ ਕੋਈ ਵੀ ਦਿੱਕਤ ਨਹੀਂ ਹੋਈ। ਅਤੇ ਆਪਰੇਸ਼ਨ ਤੋਂ ਬਾਅਦ 'ਚ ਮੈਂ ਘਰ 1-2 ਦਿਨ ਰੈਸਟ ਕੀਤੀ, 4 ਦਿਨ ਕੀਤੀ ਆ। ਉਸ ਤੋਂ ਬਾਅਦ ਮੈਂ ਚਲੋ ਘਰ ਵੀ ਆਪਣੇ ਫਿਰਦਾ ਹੀ ਰਿਹਾ ਵਾਂ, ਬੈਠਾ ਨਹੀਂ। ਅਤੇ 1 ਹਫ਼ਤੇ ਬਾਅਦ ਮੈਂ ਆਪਣਾ ਦੁਬਾਰਾ ਜੋਬ 'ਤੇ ਆ ਗਿਆ, ਕੋਟੀ ਸੇਖਾ ਮੈਂ ਜੋਬ ਕਰਦਾ। ਅਤੇ ਹੁਣ ਮੈਂ ਅੱਜ ਤਕਰੀਬਨ 10-12 ਦਿਨਾਂ ਬਾਅਦ ਡਾਕਟਰ ਕੋਲ ਆਇਆ ਸੀ। ਡਾਕਟਰ ਸਾਹਿਬ ਨੇ ਉਹ ਇੱਕ ਤਾਂ ਟੈਂਕੇ ਕਢਾਉਣੇ ਸੀਗੇ, ਕਿ ਡਾਕਟਰ ਸਾਹਿਬ ਦੀ ਪੁੱਛਣਾ ਵੀ ਸੀਗਾ, ਅਤੇ ਡਾਕਟਰ ਸਾਹਿਬ ਮੈਨੂੰ ਮਿਲੇ, ਬਹੁਤ ਵਧੀਆ ਮੇਰੇ ਉਹਨਾਂ ਨੇ ਜਿਹੜਾ ਸੀਗਾ ਕੀਤਾ, ਅਤੇ ਮੈਂ ਡਾਕਟਰ ਸਾਹਿਬ ਨਾਲ ਹੁਣ ਵੀ ਡਾਕਟਰ ਸਾਹਿਬ ਨਾਲ ਮਿਲਿਆ, ਅਤੇ ਵਧੀਆ ਹੋਇਆ ਮੇਰਾ ਜੀ ਅਪਰੇਟ। ਮੈਂ ਤਾਂ ਇਹੋ ਹੀ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਡਾਕਟਰ ਸਾਹਿਬ ਬਹੁਤ ਵਧੀਆ ਨੇ, ਬਹੁਤ ਵਧੀਆ ਸਰਜਨ ਨੇ। ਜੇ ਕਿਸੇ ਨੂੰ ਕੋਈ ਪ੍ਰੋਬਲਮ ਦੀ, ਹਰਨੀਆਂ ਦੀ ਪ੍ਰੋਬਲਮ ਮੈਨੂੰ ਸੀ ਕਾਫੀ, ਮੈਨੂੰ ਦਿੱਕਤ ਵੀ ਆ ਰਹੀ ਸੀ ਹੁਣ, ਅਤੇ ਇਸ ਕਰਕੇ ਮੈਂ ਡਾਕਟਰ ਸਾਹਿਬ ਨੂੰ ਮਿਲਿਆ। ਚਲੋ ਮੇਰਾ ਪਰਮਾਤਮਾ ਨੇ ਬਹੁਤ ਵਧੀਆ ਕੀਤਾ, ਡਾਕਟਰ ਸਾਹਿਬ ਦੇ ਸਦਕਾ ਮੈਂ ਅੱਜ ਬਹੁਤ ਲੱਕੀ ਹਾਂ, ਜਿਹੜਾ ਮੈਂ ਆਪਣੇ ਪਰਿਵਾਰ ਜਾਂ ਆਪਣੇ ਘਰ ਵਿੱਚ ਤੁਰਿਆ ਫਿਰਦਾ ਵਾਂ। ਅਤੇ ਮੈਂ ਕੋਸ਼ਿਸ਼ ਕਰਦਾ ਵਾਂ ਹਰੇਕ ਨੂੰ ਵੀ, ਦੇਖੋ ਜੀ ਡਾਕਟਰ ਸਾਹਿਬ ਤਾਂ ਚਲੋ ਡਾਕਟਰ ਤਾਂ ਬਥੇਰੇ ਨੇ ਵੇਖੇ, ਪਰ ਡਾਕਟਰ ਅਮਰ ਸੂਦ ਵਰਗੇ ਬਹੁਤ ਵਧੀਆ ਡਾਕਟਰ ਸਿਆਣੇ ਨੇ। ਅਤੇ ਇਹਨਾਂ ਦਾ ਇੱਕ ਨਾ ਮੈਂ ਪਤਾ ਲੱਗਾ ਵੀ ਮੋਗਾ ਵਿੱਚ ਬਹੁਤ ਵੱਡਾ ਸੈਂਟਰ ਖੁੱਲ੍ਹ ਰਿਹਾ, ਜਿੱਥੇ ਦੂਰਬੀਨ ਰਾਹੀਂ ਅਤੇ ਵਧੀਆ ਢੰਗ ਰਾਹੀਂ ਜਿਹੜੇ ਨੇ ਇਹਨਾਂ ਨੇ ਅਪਡੇਟ ਹੋਇਆ ਕਰਨਗੇ। ਅਤੇ ਆਮ ਜਨਤਾ ਨੂੰ ਇਹ ਆ ਵੀ ਬਾਹਰ ਦੂਰ ਜਾਣ ਦੀ, ਦੂਰ ਕਿਤੇ ਜਾਣ ਦੀ ਲੋੜ ਨਹੀਂ ਹੈਗੀ। ਤੁਸੀਂ ਇੱਥੇ ਡਾਕਟਰ ਅਮਰ ਸੂਦ ਕੋਲ ਆਓ, ਅਤੇ ਆਪਣੀ ਜੋ ਵੀ ਹੈਗਾ ਆਪਣਾ ਦੁੱਖ ਦੱਸੋ, ਅਤੇ ਇੱਥੇ ਹਰੇਕ ਚੀਜ਼ ਦੀ ਤੁਹਾਨੂੰ ਫੈਸਿਲਿਟੀ ਮਿਲੇਗੀ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ। ਧੰਨਵਾਦ ਜੀ।